ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਤੇ ਸੋ ਆਪਾਂ ਲੈ ਕੇ ਆਏ ਤੁਹਾਡੇ ਲਈ ਫਿਰ ਇੱਕ ਨਵਾਂ ਵਲੌਗ ਤੇ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਊਗਾ ਤੇ ਅੱਜ ਅੱਜ ਦੇ ਵਲੌਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਟਰਵਿਊ ਕੁਐਸਚਨ ਜਿਵੇਂ ਆਪਾਂ ਨੂੰ ਪਤਾ ਵਾ ਕਿ ਹੁਣ ਅੰਬੈਸੀ ਨੇ ਜਿਹੜਾ ਇੰਟਰਵਿਊ ਪ੍ਰੋਸੈਸ ਸਟਾਰਟ ਕੀਤਾ ਵਾ ਸਟੂਡੈਂਟ ਵੀਜ਼ੇ ਵਾਲਿਆਂ ਦੇ ਲਈ ਤੇ ਨਾਲ ਆਪਾਂ ਤੁਹਾਡੇ ਨਾਲ ਇੱਕ ਜਿਹੜੇ ਆ ਉਹ ਸਟੋਰੀ ਸ਼ੇਅਰ ਕਰਾਂਗੇ ਜਿਹੜੀ ਕੁੜੀ ਨੂੰ ਜਿਹੜਾ ਕੈਨੇਡਾ ਨੇ ਬੈਨ ਕਰ ਦਿੱਤਾ ਸੀਗਾ ਕੀ ਰੀਜ਼ਨ ਸੀਗਾ ਕਿਵੇਂ ਏਜੰਟ ਜਿਹੜੇ ਫਰਾਡ ਡਾਕੂਮੈਂਟਸ ਲਾ ਦਿੰਦੇ ਆ ਆਪਾਂ ਨੂੰ ਆਪਣੇ ਪ੍ਰੋਫਾਈਲ ਤਾਂ ਨਹੀਂ ਪਤਾ ਹੁੰਦਾ ਪਰ ਸਾਰੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਵਿੱਚ ਕੀ ਹੁੰਦਾ ਹਨਾ ਵੀ ਜਦੋਂ ਵੀ ਆਪਾਂ ਕਿਸੇ ਏਜੰਟ ਕੋਲੇ ਜਾਂਦੇ ਆ ਤਾਂ ਆਪਾਂ ਨੂੰ ਬਹੁਤ ਸਾਰੇ ਏਜੰਟ ਕਹਿ ਦਿੰਦੇ ਆ ਕੋਈ ਗੱਲ ਨਹੀਂ ਇਹ ਸਾਡਾ ਕੰਮ ਆ ਸੀ ਆਪੇ ਕਰ ਦਾਂਗੇ ਉਹਦੇ ਵਿੱਚ ਆਪਣੀ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਵੀ ਏਜੰਟ ਨੇ ਆਪਣੀ ਫਾਈਲ ਦੇ ਨਾਲ ਕੀ ਹੈਰਾਫੇਰੀ ਕਰਤੀ ਆ ਜਾਂ ਕਿਹੜਾ ਡਾਕੂਮੈਂਟ ਆਪਾਂ ਨੂੰ ਲਾਤਾ ਸੋ ਇਹਨਾਂ ਦੇ ਵਿੱਚੋਂ ਹੀ ਰੀਜ਼ਨ ਹੁੰਦਾਗਾ ਵੀ ਜਦੋਂ ਵੀ ਆਪਣਾ ਕਈ ਵਾਰੀ ਬੈਨ ਲੱਗ ਜਾਂਦਾ ਜਾਂ ਆਪਣੀ ਫਾਈਲ ਰਿਫਿਊਜ਼ ਹੋ ਜਾਂਦੀ ਆ ਸੋ ਇਸੇ ਨਾਲ ਰਿਲੇਟਡ ਹੀ ਆ ਵੀ ਜਿਹੜੇ ਇੰਟਰਵਿਊਜ਼ ਦੇ ਕੁਐਸਚਨ ਆਉਂਦੇ ਆ ਉਹ ਕੀ ਕੁਐਸਚਨ ਆਉਂਦੇ ਆ ਉਹ ਸਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਕਿ ਤੁਹਾਡਾ ਫਾਇਦਾ ਹੋ ਜਾ ਜੇਕਰ ਤੁਹਾਨੂੰ ਕਿਤੇ ਵੀ ਕੋਈ ਇੰਟਰਵਿਊ ਆ ਰਹੀ ਹੈ ਤੇ ਸੋ ਇਹ ਜਿਹੜੇ ਇੰਟਰਵਿਊ ਵਾਲੇ ਕੁਐਸਚਨ ਆਗੇ ਇਹ ਸਾਨੂੰ ਕਿਸੇ ਸਾਡੇ ਸਰਕਲ ਦੇ ਵਿੱਚ ਬੰਦੇ ਨੇ ਭੇਜ ਦੇ ਨਾਲ ਡਿਸਕਸ ਕੀਤੇ ਸੀ ਕਿ ਅੰਬੈਸੀ ਕਿਹੜੇ ਕਿਹੜੇ ਕੁਐਸਚਨ ਤੁਹਾਨੂੰ ਪੁੱਛ ਸਕਦੀ ਆ ਸੋ ਇਹ ਕੁਐਸਚਨ ਤੁਸੀਂ ਧਿਆਨ ਨਾਲ ਸੁਣਿਓ ਤੇ ਤੁਹਾਡਾ ਫਾਇਦਾ ਹੋ ਜੂਗਾ ਸੋ ਪਹਿਲਾਂ ਆਪਾਂ ਸਟਾਰਟ ਕਰਦੇ ਆਂਗੇ ਬੈਨ ਵਾਰੇ ਹਨਾ ਕਿ ਜਿਹੜਾ ਉਸ ਕੁੜੀ ਦੇ ਬੈਨ ਲੱਗਿਆ ਤੇ ਉਹ ਬੈਨ ਕਿਵੇਂ ਲੱਗਿਆ ਕਿਵੇਂ ਜੱਟ ਨੇ ਫਰੌਡ ਕੀਤਾ ਸੀਗਾ ਤੇ ਤੁਹਾਨੂੰ ਕੀ ਸਿੱਖਣ ਨੂੰ ਮਿਲੂਗਾ ਇਸ ਸਟੋਰੀ ਤੋਂ ਸੋ ਮੈਨੂੰ ਪਰਸਾ ਹੀ ਜਿਹੜਾ YouTube ਦੇ ਉੱਤੇ ਇੱਕ ਕੁੜੇ ਦਾ ਮੈਸੇਜ ਆਇਆ ਸੀਗਾ ਉਹਨੇ ਮੈਨੂੰ ਮੈਸੇਜ ਕੀਤਾ ਕਿ ਐਵੇਂ ਮੈਨੂੰ ਕੈਨੇਡਾ ਨੇ ਬੈਨ ਕੀਤਾ ਹੋਇਆ ਵਾ ਤੇ ਮੈਂ ਉਹਨੂੰ ਕਿਹਾ ਵੀ ਸੀਗਾ ਮੈਂ ਕਿਹਾ ਜੇ ਤੂੰ ਕੰਫਰਟੇਬਲ ਆ ਤਾਂ ਆਪਾਂ ਤੇ ਨਾਲ ਵਲੌਗ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਉਹ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਹਨਾ ਕਿਉਂਕਿ ਜਦੋਂ ਆਪਾਂ ਆਪਣੇ ਫਾਈਲਾਂ ਨੇ ਆਪਾਂ ਧਿਆਨ ਚ ਇਹ ਨਹੀਂ ਰੱਖਦੇ ਕਿ ਏਜੰਟ ਨੇ ਫਾਈਲ ਚ ਕਿਹੜੇ ਡਾਕੂਮੈਂਟਸ ਲਾਈ ਬਟ ਉਹ ਅਨਕੰਫਰਟੇਬਲ ਸੀਗੀ ਫਿਰ ਮੈਂ ਉਹਨੂੰ ਪੁੱਛੇ ਕਿ ਤੂੰ ਮੈਨੂੰ ਰੀਜ਼ਨ ਦੱਸ ਕਿ ਰੀਜ਼ਨ ਸੀ ਤੇਰੇ ਬੈਂਡ ਲੱਗਣ ਦਾ ਸੋ ਉਹਨੇ 2010 ਦੇ ਵਿੱਚ ਚਾਰਲਸ ਕੀਤੀ ਸੀਗੀ ਸੋ ਆਸ ਦੇ ਵਿੱਚ ਵੀ ਉਹਦੇ 6.5 ਬੈਂਡ ਸੀਗੇ ਬੈਂਡ ਵਧੀਆ ਸੀਗੇ ਉਹ ਕਹਿੰਦੀ ਬਟ ਕੀ ਹੋਇਆ ਕਿ ਏਜੰਟ ਨੇ ਜਿਹੜੀਆਂ ਬੈਂਕ ਸਟੇਟਮੈਂਟਸ ਲਾਈਆਂ ਉਹ ਫੇਕ ਬੈਂਕ ਸਟੇਟਮੈਂਟਸ ਲਾ ਦਿੱਤੀਆਂ ਸੋ ਜਦੋਂ ਫੇਕ ਬੈਂਕ ਸਟੇਟਮੈਂਟਸ ਲੱਗੀਆਂ ਸੋ ਅੰਬੈਸੀ ਨੇ ਉਸ ਕੁੜੀ ਨੂੰ ਜਿਹੜੇ ਇੰਟਰਵਿਊ ਦੇ ਲਈ ਕਾਲ ਵੀ ਕੀਤੀ ਪਰ ਏਜੰਟ ਨੇ ਦੱਸਿਆ ਨਹੀਂ ਸੋ ਜਦੋਂ ਟਾਈਮ ਲੰਘਿਆ ਤਾਂ ਏਜੰਟ ਨੇ ਕਹਿ ਦਿੱਤਾ ਕਿ ਤੁਹਾਡੀ ਜਿਹੜੇ ਕੈਨੇਡਾ ਦੀ ਰਿਫਿਊਜ਼ਾ ਲੱਗ ਗਈ ਆ ਫਿਰ ਉਹਨਾਂ ਨੇ ਜਿਵੇਂ ਇੱਕ ਦੋ ਏਜੰਟਸ ਬਾਅਦ ਆਪ ਕਿਸੇ ਹੋਰ ਏਜੰਟ ਦੀ ਵੀ رائے ਲੈਣੇ ਆ ਸੋ ਜਦੋਂ ਉਸ ਕਿਸੇ ਹੋਰ ਏਜੰਟ ਕੋਲੇ ਗਏ ਉਹਨਾਂ ਨੇ ਪ੍ਰੋਫਾਈਲ ਜਿਹੜੀ ਪੁੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਬੈਨ ਲੱਗਿਆ ਹੋਇਆ ਤੁਹਾਡੀ ਰਿਫਿਊਜ਼ਨ ਨਹੀਂ ਆਈ ਹੋਈ ਸੋ ਬੇਸਿਕਲੀ ਕੀ ਹੋਇਆ ਕਿ ਏਜੰਟ ਨੇ ਜਿਹੜਾ ਵਾ ਗਲਤ ਬੈਂਕ ਸਟੇਟਮੈਂਟਸ ਲਾ ਦਿੱਤੀਆਂ ਕੁੜੀ ਦੇ ਬੈਂਡ ਵੀ ਜਿਹੜੇ ਸੀਗੇ ਆਲਸ ਤੋਂ ਵਧੀਆ ਸੀਗੇ ਬਟ ਉਹਦੀ ਸਾਰੀ ਪ੍ਰੋਫਾਈਲ ਜਿਹੜੀ ਹੈ ਇੱਕ 에ਜੰਟ ਦੇ ਕਾਰਨ ਖਰਾਬ ਹੋ ਗਈ ਤੇ ਉਹਦਾ ਫਿਊਚਰ ਵੀ ਜਿਹੜਾ ਉਹ ਖਰਾਬ ਹੋ ਗਿਆ ਫਿਰ ਉਹ ਕਹਿੰਦੀ ਉਸ ਤੋਂ ਬਾਅਦ ਮੈਂ ਜੀਐਨਐਮ ਕੀਤੀ ਤਾਂ ਹੁਣ ਉਹ ਕਹਿੰਦੀ ਕਿ ਮੇਰੇ ਕੋਲੇ ਨਰਸਿੰਗ ਦਾ ਐਕਸਪੀਰੀਅੰਸ ਹੋਇਆ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਬੈਂਡ ਜਿਹੜਾ ਉਹ ਖਤਮ ਹੋ ਚੁੱਕਿਆ ਕਿ ਨਹੀਂ ਖਤਮ ਹੋ ਚੁੱਕਿਆ ਸੋ ਆਲਵੇਸ ਜਦੋਂ ਵੀ ਤੁਸੀਂ ਆਪਦੀ ਫਾਈਲ ਲਾਉਣੀ ਆ ਡਾਕੂਮੈਂਟਸ ਵਗੈਰਾ ਸਾਰੇ ਪ੍ਰੋਪਰਲੀ ਚੈੱਕ ਕਰੋ ਜਦੋਂ ਫਾਈਲ ਰੈਡੀ ਹੁੰਦੀ ਹੈ ਏਜੰਟ ਨੂੰ ਕਹੋ ਕਿ ਮੈਨੂੰ ਫਾਈਲ ਹੈਂਡਓਵਰ ਕਰ ਦੇ ਮੈਂ ਹੁਣ ਫਾਈਲ ਨੂੰ ਪਾੜਨਾ ਚਾਹੁੰਦਾ ਵਾ ਇਹ ਚੀਜ਼ ਆਲਵੇਸ ਕਰੋ ਇਹ ਵੈਸੇ ਏਜੰਟ ਦੀ ਹੀ ਜ਼ਿੰਮੇਵਾਰੀ ਹੁੰਦੀ ਆ ਜਦੋਂ ਤੁਹਾਡੀ ਫਾਈਲ ਆਉਂਦਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਵੀ ਜਿਵੇਂ ਆਪਣਾ ਕੋਈ ਗੈਪ ਹੁੰਦਾ ਜਾਂ ਆਪਣੇ ਕੋਲੇ ਆਪਣੇ ਫਾਈਨੈਂਸ਼ੀਅਲ ਰਿਸੋਰਸ ਜੜੇ ਆਗੇ ਉਹ ਆਪਣੇ ਨਹੀਂ ਹੁੰਦੇ ਤਾਂ ਆਪਾਂ ਨੂੰ ਏਜੰਟ ਹਮੇਸ਼ਾ ਇਹੀ ਕਹਿ ਦਿੰਦਾ ਕਿ ਕੋਈ ਨਾ ਮੇਰੇ ਕੋਲੇ ਬੰਦਾ ਹੈਗਾ ਮੈਂ ਤੁਹਾਡਾ ਗੈਪ ਕਵਰ ਕਰਵਾ ਦੂੰਗਾ ਮੈਂ ਤੁਹਾਡੇ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਆ ਉਹ ਦਿਖਾ ਦੂੰਗਾ ਤੇ ਇਦਾਂ ਕਰ ਦੂੰ ਸੋ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਆ ਨਾ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਨਾ ਹੀ ਪੁੱਛਦੇ ਆ ਆਪਾਂ ਨੂੰ ਸਿਰਫ ਕੈਨੇਡਾ ਦਾ ਵੀਜ਼ਾ ਹੀ ਦਿਖਦਾ ਹੁੰਦਾ ਵੀ ਇਹ ਵੀਜ਼ਾ ਲੱਗ ਜੇ ਤੇ ਬਾਕੀ ਚੀਜ਼ਾਂ ਕੋਈ ਚੱਕਰ ਨਹੀਂ ਪਰ ਹੁਣ ਇਹ ਚੀਜ਼ਾਂ ਬਹੁਤ ਜ਼ਿਆਦੇ ਧਿਆਨ ਦੇ ਨਾਲ ਦੇਖੀਆਂ ਜਾ ਰਹੀਆਂ ਨੇ ਜਿਵੇਂ ਫੇਕ ਡਾਕੂਮੈਂਟ ਜਿਵੇਂ ਤੁਹਾਡੀ ਕੋਈ ਸਟੱਡੀ ਦਾ ਗੈਪ ਕਵਰ ਕੀਤਾ ਤਾਂ ਤੁਹਾਡੇ ਫੇਕ ਡਾਕੂਮੈਂਟ ਲੱਗੇ ਆ ਉਹ ਡਾਕੂਮੈਂਟ ਕਿੱਥੋਂ ਲੱਗੇ ਆ ਕਿਵੇਂ ਲੱਗੇ ਆ ਤੋ ਜੇਕਰ ਤੁਹਾਡੇ ਕੋਈ ਵੀ ਐਦਾਂ ਦੀ ਚੀਜ਼ ਫੜੀ ਜਾਂਦੀ ਆ ਕੋਈ ਫੇਕ ਡਾਕੂਮੈਂਟ ਲੱਗਿਆ ਕੋਈ ਸਟੇਟਮੈਂਟ ਲੱਗਿਆ ਤਾਂ ਤੁਹਾਡੇ ਤੇ ਲੱਗ ਜਾਂਦਾ ਬੈਨ ਤੇ ਤੁਹਾਡੇ ਤੇ ਬੈਨ ਲੱਗਦਾ ਨਾ ਕਿ ਕੰਸਲਟੈਂਟ ਤੇ ਕੰਸਲਟੈਂਟ ਨੂੰ ਤਾਂ ਹੋਰ ਸਟੂਡੈਂਟਸ ਮਿਲ ਜਾਂਦੇ ਆ ਪਰ ਤੁਹਾਡਾ ਤਾਂ ਜਿਹੜਾ ਫਿਊਚਰ ਆ ਉਹ 2-3 ਸਾਲ ਦੇ ਲਈ ਚਲਾ ਜਾਂਦਾ ਵਾ ਤਾਂ 5 ਸਾਲ ਦਾ ਬੈਨ ਵੀ ਲੱਗਦਾ 5 ਸਾਲ ਤੱਕ ਤੁਸੀਂ ਰੀ ਅਪਲਾਈ ਨਹੀਂ ਕਰ ਸਕਦੇ ਹਨਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜਦੋਂ ਵੀ ਕਿਤੇ ਇਦਾਂ ਦਾ ਕੰਮ ਕਰਦੇ ਹੋ ਆਪਣੇ ਏਜੰਟ ਤੋਂ ਫਾਈਲ ਜ਼ਰੂਰ ਲਓ ਆਪਣੇ ਜੱਟ ਨੂੰ ਕਹਿ ਵੀ ਮੈਨੂੰ ਫਾਈਲ ਰੀਡ ਕਰਕੇ ਦੱਸ ਮੇਰੀ ਫਾਈਲ ਦੇ ਵਿੱਚ ਕੀ ਕੀ ਲੱਗਿਆ ਤੇ ਤੁਸੀਂ ਆਪ ਵੀ ਥੋੜੇ ਜਿਹਾ ਸਮਾਰਟ ਬਣੋ ਤਾਂ ਕਿ ਤੁਹਾਨੂੰ ਪਤਾ ਲੱਗੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਇੰਟਰਵਿਊ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ ਬਹੁਤ ਸਾਰੇ ਸਟੂਡੈਂਟਸ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਵੀ ਯਾਰ ਕਿਹੜੇ ਕਿਹੜੇ ਕੁਐਸਚਨ ਪੁੱਛੇ ਜਾਂਦੇ ਆ ਤਾਂ ਕਿ ਅਸੀਂ ਪ੍ਰਿਪੇਅਰ ਹੋ ਜਾਈਏ ਅ ਕਿਉਂਕਿ ਚਲੋ ਆਪਾਂ ਇਹ ਤਾਂ ਐ ਨਹੀਂ ਸਕਦੇ ਵੀ ਐਗਜ਼ੈਕਟ ਸੇਮ ਕੁਐਸਚਨ ਹੀ ਤੁਹਾਨੂੰ ਪੁੱਛੇ ਜਾਣਗੇ ਹਨਾ ਸੋ ਮੈਂ ਕੁਐਸਚਨ ਜਿਹੜੇ ਸੀਗੇ ਉਹ ਆਪਦੇ ਫੋਨ ਤੇ ਵਿੱਚ ਨੋਟ ਕੀਤੇ ਸੀਗੇ ਸੋ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਪੁੱਛਦੇ ਆ ਉਹ ਹੁੰਦਾ ਵਾ ਕਿ ਵਾਈ ਡੂ ਯੂ ਵਾਂਟ ਟੂ ਸਟੱਡੀ ਇਨ ਕੈਨੇਡਾ ਤੁਸੀਂ ਕੈਨੇਡਾ ਦੇ ਵਿੱਚ ਕਿਉਂ ਸਟੱਡੀ ਕਰਨਾ ਚਾਹੁੰਦੇ ਹੋ ਹੁਣ ਇੱਥੇ ਕਈ ਵਾਰ ਆਪਾਂ ਜਿਵੇਂ ਕਈ ਲੋਕੀ ਕਹਿ ਦਿੰਦੇ ਕਿ ਮੈਂ ਤਾਂ ਕੈਨੇਡਾ ਸੈਟਲ ਹੋਣਾ ਚਾਹਨਾ ਉਹ ਤੁਹਾਡਾ ਰੋਂਗ ਆਨਸਰ ਹੁੰਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਸਟੱਡੀ ਕਰਨ ਚੱਲਿਆਗਾ ਕੈਨੇਡਾ ਤੇ ਜਦੋਂ ਮੈਂ ਆਪਣੀ ਹਾਇਰ ਸਟੱਡੀ ਕਰ ਲਈ ਤੇ ਉਦੋਂ ਵੈਸੇ ਮੈਨੂੰ ਲੱਗਦਾ ਆਲਸ ਦੇ ਵਿੱਚ ਵੀ ਆਪਾਂ ਨੂੰ ਸ਼ਾਇਦ ਪੜਾਇਆ ਜਾਂਦਾ ਸੀ ਮੈਨੂੰ ਤਾਂ ਪੜਾਇਆ ਸੀਗਾ ਮੈਨੂੰ ਹੁਣ ਨਹੀਂ ਪਤਾ ਵੀ ਹੁਣ ਏਜੀ ਜਾਂ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਨਾ ਸੋ ਨੈਕਸਟ ਕੁਐਸਚਨ ਆਉਂਦਾ ਵੀਚ ਕਾਲਜ ਆ ਯੂ ਗੋਇੰਗ ਟੂ ਐਂਡ ਵਾਟ ਇਜ਼ ਯੋਰ ਫੀਲਡ ਆਫ ਸਟੱਡੀ ਤੁਸੀਂ ਕਿਹੜੇ ਕਾਲਜ ਤੇ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਰਸ ਦਾ ਕੀ ਨਾਮ ਆ ਸੋ ਹਾਂ ਇਹਦੇ ਵਿੱਚ ਮੇਨ ਚੀਜ਼ ਇਹ ਹੈ ਵੀ ਤੁਹਾਨੂੰ ਆ ਤੁਹਾਡਾ ਕਾਲਜ ਜ਼ਰੂਰ ਪਤਾ ਹੋਣਾ ਚਾਹੀਦਾ ਕਈ ਵਾਰੀ ਆਪਾਂ ਆਫਰ ਲੈਟਰਾਂ ਦੋ ਤਿੰਨ ਕਾਲਜਾਂ ਦੀ ਮਗਾਈਆਂ ਹੁੰਦੀਆਂ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਏਜੰਟ ਨੇ ਕਿਹੜੇ ਕਾਲਜ ਦੇ ਵਿੱਚ ਅਪਲਾਈ ਕੀਤਾ ਸੋ ਆਲਵੇਸ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਕਿਹੜਾ ਕਾਲਜ ਆ ਤੇ ਮੇਨ ਕਾਲਜ ਆ ਉਹ ਕਿਹੜੇ ਸ਼ਹਿਰ ਦੇ ਵਿੱਚ ਆ ਕਿਹੜੀ ਕੈਂਪਸ ਦਾ ਕੋਈ ਕਿਹੜਾ ਫਾਇਰ ਪੈਂਦਾ ਉਹਨੂੰ ਹਨਾ ਇਹ ਸਾਰੀਆਂ ਚੀਜ਼ਾਂ ਤਾਂ ਉਹਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਵਾਈ ਡਿਡ ਯੂ ਚੂਸ ਥਿਸ ਕਾਲਜ ਯੂਨੀਵਰਸਿਟੀ ਤੁਸੀਂ ਇਹ ਕਾਲਜ ਤੇ ਇਹ ਹੀ ਯੂਨੀਵਰਸਿਟੀ ਕਿਉਂ ਚੂਸ ਕੀਤੀ ਇਹ ਵੀ ਤੁਹਾਨੂੰ ਪੁੱਛ ਸਕਦੇ ਆ ਹਾਂ ਇਹ ਵੀ ਤੁਹਾਡੇ ਤੋਂ ਪੁੱਛ ਸਕਦੇ ਆ ਉਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਹਾਂ ਮੈਨੂੰ ਇਸ ਕਾਲਜ ਦਾ ਸਟੱਡੀ ਕਰਕੇ ਜਿਹੜੀ ਮੈਨੇ ਜੌਬ ਆਪਰਚੂਨਿਟੀਆਂ ਆ ਉਸ ਸ਼ਹਿਰ ਦੇ ਵਿੱਚ ਜਾਦੇ ਨੇ ਸ਼ਹਿਰ ਜਿਵੇਂ ਮੰਨ ਲਓ ਟ੍ਰਾਂਟੋ ਦੀ ਗੱਲ ਕਰੀਏ ਤਾਂ ਇੱਥੇ ਕਹ ਦੋ ਵੀ ਬਹੁਤ ਜ਼ਿਆਦਾ এমਪਲੋਇਮੈਂਟ ਹੈਗੀ ਹੈਗਾ ਹਨਾ ਜਾਂ ਕਰਕੇ ਵੀ ਮੈਨੂੰ ਜੌਬ ਦੇ ਲਈ ਗਾ ਇਜ਼ੀ ਹੋ ਜਾਣਾ ਬਾਕੀ ਮੇਰਾ ਫ ਵੇ ਵੀ ਸੋਚ ਕਰ ਸਕਦੇ ਕਿ ਕਾਲਜ ਸਟੱਡੀ ਤੇ ਵੈਸ ਕਿਹੜੇ ਰੈਂਕ ਦੇ ਉੱਤੇ ਆ ਤੁਸੀਂ ਉਹ ਵੀ ਕਹਿ ਸਕਦੇ ਕਿ ਕਾਲਜ ਦੇ ਵਿੱਚ ਸਟੱਡੀ ਵਧੀਆ ਤਾਂ ਮੈਂ ਤਾਂ ਕਰਕੇ ਚੂਜ਼ ਕੀਤਾ ਹਾਊ ਵਿਲ ਯੂ ਫੰਡ ਯਰ ਇੰਟਾਇਰ ਐਜੂਕੇਸ਼ਨ ਐਂਡ ਸਟੇ ਇਨ ਕੈਨੇਡਾ ਜਿਹੜੇ ਤੁਸੀਂ ਆਪਣੀ ਸਾਰੀ ਪੜ੍ਹਾਈ ਦੇ ਜਿਹੜੀਆਂ ਫੀਸਾਂ ਭਰੀਆਂ ਉਹ ਤੁਹਾਡੀਆਂ ਕਿਨੇ ਫੰਡ ਕੀਤੀਆਂ ਸੋ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਪੇਰੈਂਟਸ ਜੜੇ ਮੇਰੀ ਹੈਲਪ ਕਰਨਗੇ ਐਂਡ ਸਟੇ ਇਨ ਕੈਨੇਡਾ ਦਾ ਵੀ ਤੁਸੀਂ ਉਹੀ ਕਹਿਣਾ ਵਾ ਕਿ ਮੇਰੇ ਮਾਪਿਓ ਜਿਹੜੇ ਆ ਮੈਨੂੰ ਖਰਚਾ ਭੇਜਣਗੇ ਤੁਸੀਂ ਇਹ ਚੀਜ਼ ਨਹੀਂ ਕਹਿਣੇ ਕਿ ਮੈਂ ਕੈਨੇਡਾ ਚ ਕੰਮ ਕਰਕੇ ਜੜਾ ਆਉਦੇ ਰਹਿਣ ਦਾ ਖਰਚਾ ਜਾਂ ਤੁਹਾਡੀ ਫੀਸਾਂ ਦਾ ਖਰਚਾ ਚੱਲੂਗਾ ਕਿਉਂਕਿ ਜੇ ਤੁਸੀਂ ਇਹ ਗੱਲ ਕਹੀ ਤਾਂ ਉਹਨਾਂ ਨੂੰ ਲੱਗੂਗਾ ਕਿ ਤੁਸੀਂ ਪੜ੍ਹਾਈ ਕਰਨੇ ਜਾ ਰਹੇ ਬੇਸਿਕਲੀ ਤੁਸੀਂ ਕੰਮ ਕਰਨ ਜਾ ਰਹੇ ਇਹਦੇ ਵਿੱਚ ਉਹ ਇਹ ਵੀ ਪੁੱਛ ਸਕਦੇ ਹਨ ਵੀ ਤੁਹਾਡੇ ਕੋਲੇ ਇੰਡੀਆ ਦੇ ਵਿੱਚ ਵੀ ਤੁਹਾਡੇ ਇਨਕਮ ਸੋਰਸ ਕੀ ਆ ਹਨ ਵੀ ਤੁਹਾਡੀ ਖੇਤੀਬਾੜੀ ਆ ਜਾਂ ਤੁਹਾਡਾ ਕੋਈ ਬਿਜ਼ਨਸ ਆ ਹਨ ਵੀ ਕਿੱਥੋਂ ਤੁਹਾਡੀ ਇਨਕਮ ਆਊਗੀ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿਉਂਕਿ ਇਸੇ ਕਰਕੇ ਜਿਹੜੇ ਜਦੋਂ ਆਪਾਂ ਸਟੱਡੀ ਵੀਜ਼ੇ ਤੇ ਆਉਨੇ ਆ ਤਾਂ ਆਪਣੇ ਸੋ ਆਪਣੇ ਪੇਰੈਂਟਸ ਜਾਂ ਬੈਂਕ ਸਟੇਟਮੈਂਟ ਹੈ ਸਾਰਾ ਕੁਝ ਜਿਹੜਾ ਉਹ ਲੱਗਦਾ ਹੁੰਦਾ ਵਾ ਕਿਉਂਕਿ ਉੱਥੇ ਏਜੰਟੇਸ਼ੋ ਕਰਦਾ ਵੀ ਕਿ ਫਾਈਨੈਂਸ਼ਲੀ ਸਟਰੋਂਗ ਹੈਗੇ ਆ ਤੇ ਇਹ ਖਰਚਾ ਜਿਹੜਾ ਚੱਲ ਸਕਦੇ ਆ ਅਗਲਾ ਕੁਐਸਚਨ ਹੈਗਾ ਵਟ ਆਰ ਯੂਰ ਫਿਊਚਰ ਪਲਾਨਸ ਆਫਟਰ ਫਿਨਿਸ਼ਿੰਗ ਯਰ ਸਟੱਡੀ ਸੋ ਉਹਦੇ ਵਿੱਚ ਤੁਸੀਂ ਇਹੀ ਆਨਸਰ ਦੇ ਸਕਦੇ ਹੋ ਵੀ ਜਾਂ ਤਾਂ ਮੈਂ ਆਪਣਾ ਬੈਕ ਹੋਮ ਵਾਪਸ ਆਉਂਗਾ ਆਪਣੀ ਸਟੱਡੀ ਡਨ ਕਰਨ ਤੋਂ ਬਾਅਦ ਜਾਂ ਉਸ ਤੋਂ ਬਾਅਦ ਇਹ ਕਹਿ ਸਕਦੇ ਵੀ ਜੇਕਰ ਮੈਨੂੰ ਕੋਈ ਬਹੁਤ ਵਧੀਆ ਆਪਰਚ्युनिटी ਕੈਨੇਡਾ ਦੇ ਵਿੱਚ ਮਿਲਦੀ ਹੋਈ ਆਫਟਰ ਸਟੱਡੀ ਦਾ ਮੈਂ ਉਹ ਆਪਰਚ्युनिटी ਜ਼ਰੂਰ ਲੈਣੀ ਚਾਹੂੰਗਾ। ਜਦ ਤੁਸੀਂ ਇਹ ਵੀ ਕਹਿ ਸਕਦੇ ਹੋ ਜੇ ਤੁਸੀਂ ਮੰਨ ਲਓ ਕਿ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰਨ ਆਏ ਹੋ ਤਾਂ ਮੈਂ ਗ੍ਰੈਜੂਏਸ਼ਨ ਕਰੂੰਗਾ ਜੇ ਤੁਸੀਂ ਗ੍ਰੈਜੂਏਸ਼ਨ ਕਰਨ ਆਏ ਹੋ ਤਾਂ ਮੈਂ ਇਸੇ ਫੀਲਡ 'ਤੇ ਮਾਸਟਰਸ ਕਰੂੰਗਾ। ਇਹ ਵੀ ਤੁਸੀਂ ਆਨਸਰ। ਉਹ ਥੋੜਾ ਤੁਹਾਨੂੰ ਕਨਫਿਊਜ਼ ਵੀ ਕਰ ਸਕਦੇ ਆ ਵੀ ਤੁਸੀਂ ਆਲਰੇਡੀ ਤਾਂ ਇਨ ਸਟੱਡੀ ਕੀਤੀ ਹੈ ਤਾਂ ਹੋਰ ਸਟੱ ਫਿਊਜ਼ ਨਹੀਂ ਹੋਣਾ ਥੋੜਾ ਜਿਹਾ ਕੰਫਿਊਜ਼ ਦੇ ਵਿੱਚ ਆਪਾਂ ਨੂੰ ਇੰਟਰਵਿਊ ਜਿਹੜੀ ਆ ਦੇਣੀ ਪੈਣੀ ਆ ਨੈਕਸਟ ਕੁਐਸਚਨ ਆ ਵਾਟ ਇਜ਼ ਯੋਰ ਐਜੂਕੇਸ਼ਨਲ ਬੈਕਗਰਾਉਂਡ ਤੁਹਾਡਾ ਬੈਕਗ੍ਰਾਉਂਡ ਵੀ ਦੇਖ ਸਕਦੇ ਆ ਵੀ ਹਾਂ ਵੀ ਜਿਹੜਾ ਤੁਸੀਂ ਨਵਾਂ ਕੋਰਸ ਇੱਥੇ ਕੈਨੇਡਾ ਦੇ ਵਿੱਚ ਲਿਆ ਵੀ ਵਾਕਿਆ ਹੋਰ ਰੈਲੇਵੈਂਟ ਹੈਗਾ ਕਿ ਨਹੀਂ ਹੈਗਾ ਤੁਹਾਡੇ ਤੋਂ ਰੈਲੇਵੈਂਸੀ ਵੀ ਪੁੱਛ ਸਕਦੇ ਆ ਵੀ ਤੁਹਾਡਾ ਕੋਰਸ ਇੰਡੀਆ ਦੇ ਵਿੱਚ ਜਾਂ ਹੁਣ ਤੁਸੀਂ ਕੈਨੇਡਾ ਦੇ ਵਿੱਚ ਇਹ ਚੀਜ਼ ਸਟੱਡੀ ਕਿਉਂ ਕਰਨ ਜਾ ਰਹੇ ਹੋ ਹਨ ਉਹ ਤੁਹਾਨੂੰ ਰੈਲੇਵੈਂਸੀ ਤੁਹਾਨੂੰ ਖੁਦ ਬਣਾਉਣੀ ਪੈਣੀ ਹੈ ਜਦੋਂ ਵੀ ਤੁਸੀਂ ਕੋਰਸ ਚੂਜ਼ ਕਰਨਾ ਉਸੇ ਟਾਈਮ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੋਰਸ ਤੁਸੀਂ ਕਿਉਂ ਯੂਜ਼ ਕਰ ਰਹੇ ਹੋ ਤੇ ਇਹ ਤੁਹਾਡਾ ਕੋਰਸ ਜਿਹੜਾ ਤੁਹਾਡੀ ਸਟੱਡੀ ਦੇ ਨਾਲ ਕਿਵੇਂ ਮੈਚ ਕਰਦਾ ਅਗੇ ਆ ਹਾਊ ਮੱਚ ਡਿਡ ਯੂ ਸਕੋਰ ਇਨ ਆਲਸ ਆ ਟੋਫਲ ਹਾਂ ਆਲਸ ਬਾਰੇ ਵੀ ਤੁਹਾਨੂੰ ਵਿਥਾਡ ਕਿੰਨੇ ਸਕੋਰ ਆਇਆ ਹੋ ਸਕਦਾ ਤੁਹਾਨੂੰ ਇਹ ਵੀ ਪੁੱਛ ਲੈਣ ਵੀ ਆਲਸ ਤੁਸੀਂ ਕਿੱਥੋਂ ਕੀਤਾ ਹੋਇਆ ਕਿਉਂਕਿ ਕਿਉਂਕਿ ਆਲਸ ਦਾ ਪਤਾ ਹੀ ਆਪ ਨੂੰ ਨਾ ਵੀ ਬਹੁਤ ਜ਼ਿਆਦਾ ਫੇਕ ਚੱਲ ਰਿਹਾ ਲੋਕ ਬੈਂਨ ਖਰੀਦ ਰਹੇ ਆ ਸੋ ਐਸੀ ਕਰਕੇ ਆਸ ਤੇ ਰਿਲੇਟਡ ਵੀ ਤੁਹਾਡੇ ਤੇ ਕੁਐਸਚਨ ਪੁੱਛ ਸਕਦੇ ਆ ਇਸ ਚੀਜ਼ ਲਈ ਵੀ ਪ੍ਰਪੇਅਰ ਰਹੋ ਏ ਡੂ ਯੂ ਪਲਾਨ ਟੂ ਸਟੇ ਇਨ ਕੈਨੇਡਾ ਤੁਸੀਂ ਕੈਨੇਡਾ ਦੇ ਵਿੱਚ ਕਿੱਥੇ ਜਿਹੜਾ ਤੁਸੀਂ ਪਲਾਨ ਕੀਤਾ ਸਟੇ ਕਰਨ ਦਾ ਹੁਣ ਇਹਦੇ ਵਿੱਚ ਇਹ ਨਾ ਹੋ ਜਾਵੇ ਕਿ ਮਨ ਲੱਗੋ ਕਿ ਤੁਹਾਡਾ ਕਾਲਜ ਹੈਗਾ ਉਹ ਵਿੰਟਰਸਰ ਦੇ ਵਿੱਚ ਐਂ ਤੁਸੀਂ ਉਹਨਾਂ ਨੂੰ ਕਹਿ ਦੇਵੋ ਕਿ ਮੈਂ ਬ੍ਰੈਂਟਾ ਰਹੂੰਗਾ ਸੋ ਉੱਥੇ ਉਹ ਕਹਿਣਗੇ ਕਿ ਤੂੰ ਐਨਾ ਡਿਸਟੈਂਸ ਟ੍ਰੈਵਲ ਕਿੰਨੇ ਕਰੂੰਗਾ ਸੋ ਜਿਹੜੀ ਸਿਟੀ 'ਚ ਕਾਲਜ ਆ ਉਹੀ ਸਿਟੀ ਦੇ ਵਿੱਚ ਤੁਸੀਂ ਕਹਿਣਾ ਵਾ ਕਿ ਮੈਂ ਰਹਿਣਾ ਵਾਂ and the next question are what is your estimated cost of study of your program so ਤੁਹਾਨੂੰ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਤੁਹਾਡੀ ਇੰਟਾਇਰ ਕੋਰਸ ਦੀ ਫੀਸ ਕਿੰਨੀ ਆ ਪਰ semesters ਦੀ ਫੀਸ ਕਿੰਨੀ ਆ ਕਿੰਨੇ semesters ਆ ਇਹ ਸਾਰੀ ਡਿਟੇਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਹ ਸਾਰੀ ਡਿਟੇਲ ਤੁਹਾਨੂੰ ਤੁਹਾਡੇ ਆਫਰ ਲੈਟਰ ਤੋਂ ਹੀ ਮਿਲਣੀ ਆ ਉਸੇ ਦੀ ਸਾਰੀਆਂ ਚੀਜ਼ਾਂ ਇਹ ਲਿਖੀਆਂ ਹੋਣਗੀਆਂ ਨੈਕਸਟ ਕੁਐਸਚਨ ਆਊਗਾ ਵਿਲ ਯਰ ਫੈਮਿਲੀ ਬੀ سپورਟਿੰਗ ਯੂ ਫਾਈਨੈਂਸ਼ਲੀ ਵਿਦੌਤੀ ਫੈਮਿਲੀ ਆ ਵੀ ਉਹ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੀ ਹੈ ਤੁਹਾਡੀਆਂ ਫੀਸਾਂ ਭਰਨ ਦੇ ਵਿੱਚ ਤੁਹਾਡਾ ਸਾਰਾ ਖਰਚਾ ਕਰਨ ਦੇ ਵਿੱਚ ਉਹਦੇ ਵਿੱਚ ਆਪਾਂ ਯੈਸ ਕਹਿਣਾ ਕਿਉਂਕਿ ਤੁਸੀਂ ਸਟੱਡੀ ਕਰਨ ਲਈ ਇੱਥੇ ਆਏ ਹੋ ਤੇ ਤੁਹਾਡੀ ਸਟੱਡੀ ਦਾ ਖਰਚਾ ਸਾਰਾ ਤੁਹਾਡੇ ਪੇਰੈਂਟਸ ਵੱਲੋਂ ਹੀ ਕੀਤਾ ਜਾਊਗਾ ਨਾ ਕਿ ਤੁਸੀਂ ਇਹ ਕਹਿਣਾ ਵੀ ਨਹੀਂ ਮੈਂ ਉੱਥੇ ਜਾ ਕੇ ਖੁਦ ਫੀਸਾਂ ਭਰਨੀ ਆਣੇ ਖੁਦ ਆਪਣਾ ਕੰਮ ਕਰੂੰਗਾ ਇਹ ਚੀਜ਼ਾਂ ਤੁਸੀਂ ਅਵੋਇਡ ਕਰਨੀਆਂ ਨੇ ਚਾਹੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਵੀ ਬੱਚਾ ਕੈਨੇਡਾ ਕਿਉਂ ਜਾ ਰਿਹਾ ਪੜਾਈ ਦੇ ਬੇਸ ਤੇ ਜਾ ਰਿਹਾ ਤੇ ਪੱਕਾ ਹੋਊਗਾ ਪਰ ਆਪਾਂ ਇੰਟਰਵਿਊ ਦੇ ਵਿੱਚ ਇਹ ਚੀਜ਼ ਬਿਲਕੁਲ ਹੀ ਨਹੀਂ ਕਰਨੀ ਕਿ ਮੈਂ ਉੱਥੇ ਜਾ ਕੇ ਪੱਕੇ ਹੋਣਾਗਾ ਉੱਥੇ ਦਾ ਸਿਰਫ ਇਹੀ ਆਪਾਂ ਸ਼ੋਅ ਕਰਨਾ ਵੀ ਮੈਂ ਸਟੱਡੀ ਬੇਸ ਤੇ ਚੱਲਿਆ ਤੇ ਸਟੱਡੀ ਕਰਕੇ ਮੈਂ ਵਾਪਸ ਆ ਜਾਣਾ ਐਂਡ ਇੱਕ ਜੇ ਤੁਸੀਂ ਕੋਈ ਵੀ ਲੋਨ ਲੈ ਕੇ ਜਿਵੇਂ ਤੁਸੀਂ ਸਟੱਡੀ ਲੋਨ ਲਿਆ ਹੋਇਆ ਉਹ ਲੈ ਕੇ ਕੈਨੇਡਾ ਜਾ ਰਹੇ ਹੋ ਤੁਹਾਨੂੰ ਲੋਨ ਬਾਰੇ ਵੀ ਪੁੱਛਣਗੇ ਜਾਂ ਤੁਹਾਡੇ ਪੇਰੈਂਟਸ ਦੇ ਜਿਹੜੀਆਂ ਬੈਂਕ ਸਟੇਟਮੈਂਟਸ ਲੱਗੀਆਂ ਉਹਦੇ ਬਾਰੇ ਵੀ ਪੁੱਛਣਗੇ ਸੋ ਇਹ ਵੀ ਤੁਹਾਨੂੰ ਥੋੜੀ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਕਿੰਨੇ ਤੁਹਾਡੇ ਮਾਪੇ ਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਸ਼ੋ ਕੀਤੇ ਆ ਜਾਂ ਕਿੰਨੇ ਤੁਹਾਡੇ ਪ੍ਰਾਪਰਟੀ ਦੇ ਡਾਕੂਮੈਂਟ ਸ਼ੋ ਕੀਤੇ ਆ ਸੋ ਉਹੀ ਗੱਲ ਆਪਾਂ ਬਾਰ-ਬਾਰ ਕਹਿੰਦੇ ਆ ਕਿ ਆਪਣੀ ਫਾਈਲ ਜਿਹੜੀ ਪ੍ਰੋਪਰਲੀ ਰੀਡ ਕਰੋ ਲੈਂਥ ਆਫ ਪ੍ਰੋਗਰਾਮ ਪਤਾ ਹੋਵੇ ਐਲਸੇ ਪੈਨਡ ਪਤਾ ਹੋਵੇ ਐਂਡ ਇੱਕ ਚੀਜ਼ ਔਰ ਕਈ ਵਾਰ ਕਿੰਦਾ ਪਰ ਕੋਲੇ ਸਾਰੀ ਇਨਫੋਰਮੇਸ਼ਨ ਹੁੰਦੀ ਆ ਪਰ ਬਹੁਤ سارے ਲੋਕੀ ਐਦਾਂ ਦੇ ਹੁੰਦੇ ਆ ਜਿਹੜੇ ਕਨਫਿਊਜ਼ ਹੋ ਜਾਂਦੇ ਆ ਹਨਾ ਆਪਾਂ ਕਈ ਲੋਕੀ ਸਾੰਬੜੀ ਵਾਲੇ ਬੰਦੇ ਨੂੰ ਦੇਖ ਕੇ ਹੀ ਡਰ ਜਾਂਦੇ ਘਬਰਾ ਜਾਂਦੇ ਆ ਸੋ ਘਬਰਾਇਓ ਨਾ ਕੰਫੀਡੈਂਸ ਵਿੱਚ ਜਵਾਬ ਦਿਓ ਉਹਨਾਂ ਨੇ ਬੇਸਿਕ ਹੀ ਗੱਲਾਂ ਪੁੱਛਣੀਆਂ ਨੇ ਜੋ ਤੁਹਾਡੇ ਫਾਈਲ ਦੇ ਰਿਲੇਟਡ ਹੋਣਗੀਆਂ ਕੋਈ ਉਹਨਾਂ ਨੇ ਕੋਈ ਐਦਾਂ ਦੀ ਕੋਈ ਜੌਬ ਦੇ ਇੰਟਰਵਿਊ ਤੇ ਹੈਣੀ ਵੀ ਕੋਈ ਕੋਈ ਕੁਐਸਚਨ ਬਾਹਰੋਂ ਪੁੱਛ ਲੈਣਗੇ ਤੁਹਾਡੀ ਫਾਈਲ ਰਿਲੇਟਡ ਹੀ ਹੋਣਗੇ ਸੋ ਜੇਕਰ ਤੁਸੀਂ ਫਾਈਲ ਰੀਡ ਕੀਤੀ ਹੋਗੀ ਤੁਹਾਨੂੰ ਸਾਰਾ ਕੁਝ ਪਤਾ ਹੋਊਗਾ ਸੋ ਇਹ ਸਾਰੇ ਕੁਐਸਚਨ ਆਨਸਰ ਸੀਗੇ ਜਿਹੜੇ ਆਪਾਂ ਤੁਹਾਨੂੰ ਦੱਸੇ ਵੀ ਆਹ ਕੁਐਸਚਨ ਤੁਹਾਨੂੰ ਪੁੱਛ ਸਕਦੇ ਆ ਇਹ ਤੋਂ ਹੋਰ ਵੀ ਚੀਜ਼ਾਂ ਕੁਝ ਸਾਈਡ ਤੋਂ ਪੁੱਛ ਸਕਦੇ ਨੂੰ ਮੇਨ ਕੁਐਸਚਨ ਦੱਸੇ ਆ ਵੀ ਇਹ ਕੁਐਸਚਨ ਜਿਹੜੇ ਅੱਜ ਕੱਲ ਨੂੰ ਪੁੱਛ ਰਹੇ ਆ ਸੋ ਉਮੀਦਕਾਰਾਂ ਦਾ ਕਿ ਤੁਹਾਨੂੰ ਇਹ ਕੁਐਸਚਨ ਦਾ ਪਤਾ ਲੱਗ ਗਿਆ ਹੋਣਾ ਤੁਸੀਂ ਆਪਦੇ ਆਪ ਨੂੰ ਪ੍ਰਪੇਅਰ ਵੀ ਕਰ ਲਿਓ ਵੀ ਤੁਸੀਂ ਕੀ ਆਨਸਰ ਦੇਣੇ ਨੇ ਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਰਿਆਂ ਨੂੰ ਬੈਸਟ ਆਫ ਲੱਕ ਜਿਨ੍ਹਾਂ ਨੂੰ ਕੋਈ ਇੰਟਰਵਿਊਜ਼ ਆ ਰਹੀਆਂ ਨੇ ਤੇ ਬਾਕੀ ਜੇਕਰ ਕਿਸੇ ਨੂੰ ਇੰਟਰਵਿਊ ਆਈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਵੀ ਤੁਹਾਨੂੰ ਕਿੱਦਾਂ ਦੀ ਇੰਟਰਵਿਊ ਆਈ ਜੇਕਰ ਕੋਈ ਨਵੀਂ ਚੀਜ਼ ਹੋਈ ਤਾਂ ਆਪਾਂ ਜ਼ਰੂਰ ਸਾਰੀ ਆਡੀਅנס ਤੱਕ ਪਹੁੰਚਾਵਾਂਗੇ ਤੇ ਉਮੀਦਕਾਰਾਂ ਨੂੰ ਵੀਡੀਓ ਪਸੰਦ ਆਈ ਹੋਊਗੀ ਇਸੇ ਨਾਲ ਹੀ ਵੀਡੀਓ ਨੂੰ ਕਰਦੇ ਆ